ਨਾਗਰਿਕਤਾ ਸ਼ੋਧ ਬਿੱਲ ਨੂੰ ਲੈ ਕੇ ਅੱਜ ਹੁਸ਼ਿਆਰਪੁਰ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ CAA ਬਿੱਲ ਦਾ ਪ੍ਰਦਰਸ਼ਨਕਾਰੀਆਂ ਵੱਲੋਂ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਸ ਬਿੱਲ ਵਿੱਚੋਂ ਮੁਸਲਿਮ ਭਾਈਚਾਰੇ ਨੂੰ ਬਾਹਰ ਰੱਖਿਆ ਗਿਆ ਹੈ, ਜੋ ਕਿ ਗਲਤ ਹੈ। ਜਦੋਂ ਤੱਕ ਸਰਕਾਰ ਇਸ ਬਿੱਲ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸਾਡਾ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਦਰਸ਼ਨ ਵੱਡੇ ਪੱਧਰ ਤੇ ਕੀਤਾ ਜਾਵੇਗਾ। ਹੁਸ਼ਿਆਰਪੁਰ ਵਿੱਚ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ, ਪਰ ਇਹ ਬੇਅਸਰ ਰਹੀ ਕਿਉਂਕਿ ਆਮ ਦਿਨਾਂ ਦੀ ਤਰ੍ਹਾਂ ਅੱਜ ਵੀ ਇੱਥੇ ਬਾਜ਼ਾਰ ਖੁੱਲੇ ਨਜ਼ਰ ਆਏ। ਪ੍ਰਦਰਸ਼ਨ ਇਸ ਟਾਈਮ ਬਹੁਤ ਵਧੀਆ ਚੱਲ ਰਿਹਾ ਹੈ, ਲੋਕਾਂ ਦੇ ਵਿੱਚ ਜੋਸ਼ ਆ ਔਰ ਲੋਕੀ NRC ਔਰ CAA ਦੇ ਖਿਲਾਫ ਉਹਨਾਂ ਦੇ ਦਿਲਾਂ ਦੇ ਵਿੱਚ ਬੜਾ ਵਿਰੋਧ ਭਰਿਆ ਜੋ ਬਾਹਰ ਨਿਕਲ ਰਿਹਾ ਹੈ। ਲੋਕ ਬੜੇ ਪਰੇਸ਼ਾਨ ਆ, ਜਿਹੜੀ BJP ਆ ਇਹਨੇ ਦੇਸ਼ ਦੀ ਇਕਨੋਮਿਕਲ ਸਿਸਟਮ ਸਾਰਾ ਥੱਲੇ ਸਿੱਟਿਆ ਹੋਇਆ ਔਰ ਦੇਸ਼ ਨੂੰ ਧਰਮ ਦੇ ਨਾਂ 'ਤੇ ਜਿਹੜੀ BJP ਉਹ ਵੰਡਣ ਦਾ ਕੰਮ ਕਰ ਰਹੀ ਆ ਔਰ ਜਿਹੜੀ CAA ਆ NRC ਆ ਜੋ ਕਿ ਇਹ ਬਿੱਲ ਲੈ ਕੇ ਆਏ ਆ ਜਿਹਦੇ ਵਿੱਚ ਇਹ ਮੁਸਲਮਾਨ ਸਮਾਜ ਨਾਲ ਬਿਲਕੁਲ ਧੱਕਾ ਕਰ ਰਹੇ ਆ। ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਦਲਿਤ ਸਮਾਜ ਆ, ਸਿੱਖ ਸਮਾਜ ਆ, ਕ੍ਰਿਸਚਨ ਸਮਾਜ ਆ, ਬੈਕਵਰਡ ਸਮਾਜ ਆ, ਉਹ ਸਾਰੇ ਮੁਸਲਮਾਨ ਭਰਾਵਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜ੍ਹੇ ਆ ਔਰ ਅਸੀਂ ਖੜ੍ਹੇ ਰਹਾਂਗੇ। ਜੇਕਰ ਸਰਕਾਰ ਨੇ CAE ਔਰ NRC ਵਾਪਸ ਜਲਦ ਨਹੀਂ ਲਈ, ਆਉਣ ਵਾਲੇ ਸਮੇਂ 'ਚ ਜਿਹੜਾ ਤਿੱਖਾ ਅੰਦੋਲਨ ਆ ਉਹ ਆਰੰਭ ਕੀਤਾ ਜਾਊਗਾ, ਉਹਦੀ ਸ਼ੁਰੂਆਤ ਕੀਤੀ ਜਾਊਗੀ। ਅੱਜ ਅਸੀਂ ਇਹ ਹੁਸ਼ਿਆਰਪੁਰ ਦੇ ਵਿੱਚ NRC ਦੀ ਜਿਹੜੀ ਆ ਵਿਰੋਧਤਾ ਦੀ ਸ਼ੁਰੂਆਤ ਕੀਤੀ ਆ। ਆਉਣ ਵਾਲੇ 10-20 ਸਮੇਂ ਦੇ ਵਿੱਚ, 10-20 ਦਿਨਾਂ ਦੇ ਵਿੱਚ ਮਤਲਬ ਬੜੇ ਵੱਡੇ ਪ੍ਰਦਰਸ਼ਨ ਇਸ ਹੁਸ਼ਿਆਰਪੁਰ ਦੇ ਵਿੱਚ ਨਿਕਲਣਗੇ ਔਰ BJP ਨੂੰ ਇਹ CAA ਔਰ NRC ਜਿਹੜੇ ਬਿੱਲ ਆ ਵਾਪਸ ਲੈਣਾ ਪਊਗਾ। ਇਹ ਪ੍ਰਦਰਸ਼ਨ ਜਿਹੜਾ ਕਿਸ ਤਰ੍ਹਾਂ ਦਾ ਕਰ ਰਹੇ ਹੋ, ਕੀ ਬੰਦ ਕਰਵਾ ਰਹੇ ਜਾਂ ਕਿੱਦਾਂ ਦਾ? ਨਹੀਂ, ਅਸੀਂ ਅਸੀਂ ਪਹਿਲਾਂ 25 ਤਰੀਕ ਨੂੰ ਬੰਦ ਕਰਵਾ ਚੁੱਕੇ ਸੀਗੇ ਪਹਿਲਾਂ ਵੀ, ਇਸ ਕਰਕੇ ਸਾਨੂੰ ਪਤਾ ਆ ਕਿ ਜਿਹੜੇ ਦੁਕਾਨਦਾਰ ਆ, ਜਿਹੜੇ ਬਿਜ਼ਨਸ ਆਮ ਬਿਜ਼ਨਸਮੈਨ ਆ, ਉਹ ਸਾਡੇ ਭਰਾ ਆ, ਉਹ ਪਹਿਲਾਂ ਹੀ ਸਰਕਾਰ ਦੀਆਂ ਮਾਰੂ ਨੀਤੀਆਂ ਕਰਕੇ ਇਸ ਟਾਈਮ ਪਰੇਸ਼ਾਨ ਆ। ਇਸ ਕਰਕੇ ਅਸੀਂ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ, ਅਸੀਂ ਆਪਣੇ ਸ਼ਹਿਰ ਦਾ ਮਾਹੌਲ ਵਧੀਆ ਬਣਾਉਣ ਦੇ ਲਈ ਅਸੀਂ ਇੱਕ ਰੋਸ ਮਾਰਚ ਕੱਢ ਰਹੇ ਹਾਂ ਔਰ ਸਾਨੂੰ ਉਮੀਦ ਆ ਕਿ ਜਿਹੜਾ ਆਮ ਵਰਗ ਆ, ਆਮ ਹਿੰਦੂ ਸਮਾਜ ਵੀ ਆ, ਉਹ ਵੀ ਸਾਡੇ ਨਾਲ ਮਤਲਬ ਸਹਿਮਤ ਹੋਊਗਾ ਕਿ ਜਿਹੜੀ CAA ਆ ਔਰ NRC ਆ ਇਹ ਗਲਤ ਬਿੱਲ ਜਿਹੜੀ ਆ ਸਰਕਾਰ ਪਾਸ ਕਰ ਰਹੀ ਹੈ। ਕਿਹੜੇ ਸੰਗਠਨ ਇਸ ਵੇਲੇ ਤੁਹਾਡੇ ਨਾਲ? ਇਸ ਟਾਈਮ ਦੇਖੋ ਜੀ, ਦਲਿਤ ਸਭਾਵਾਂ ਜਿੰਨੀਆਂ ਹੈਗੀਆਂ, ਗੁਰੂ ਰਵਿਦਾਸ ਟਾਈਗਰ ਫੋਰਸ ਹੈਗੀ ਆ, ਅਤਿਆਚਾਰ ਵਿਰੋਧੀ ਫਰੰਟ ਹੈਗਾ, ਆਪਣੇ ਕ੍ਰਿਸਚਨ ਸਮਾਜ ਵੱਲੋਂ ਲੋਰੈਂਸ ਚੌਧਰੀ ਜੀ ਹੈਗੇ ਆ ਜਿਹੜੇ ਅਗਵਾਈ ਕਰ ਰਹੇ ਆ, ਤੇ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਸਿੱਖ ਯੂਥ ਆਫ ਪੰਜਾਬ, ਗੁੱਜਰ ਭਾਈਚਾਰਾ, ਸਾਰੇ ਸਾਰਾ ਸਮਾਜ ਪ੍ਰੋਟੈਸਟ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ
ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।